ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਜਿਹੜੀ ਅੱਜ ਨਵੀਂ ਵੀਡੀਓ ਤੁਹਾਡੇ ਸਾਹਮਣੇ ਜੀ, ਇਹ ਵੀ 735 ਹੈ ਜੀ, ਪਾਵਰ ਕਰੀਏ ਨੇ ਆਪਾਂ। ਹਿੱਸਾ ਹੁੱਸਾ ਖੋਲਿਆ ਸੀ ਆਪਾਂ, ਸਾਰਾ ਕੰਮ ਹੋ ਗਿਆ, ਸੈਂਟਰ ਪਿੰਨ ਵਗੈਰਾ ਨਵੀਂ ਠੋਕਤੀ, ਕੰਮ ਹੋ ਗਿਆ ਚੰਗੀ ਤਰ੍ਹਾਂ, ਕੁਛ ਵਗੈਰਾ ਲਾ ਕੇ ਸੈਂਟਰ ਪਿੰਨ ਖਰਾਬਤੀ, ਟਾਈਮਿੰਗ ਪਲੇਟ ਵਗੈਰਾ ਪੰਪ ਹੋ ਗਿਆ ਅਤੇ ਫਿੱਟ, ਅਤੇ ਹੁਣ ਧਵਾਈ ਕਰਕੇ ਧੋ ਧੂ ਕੇ ਆਪਾਂ ਫਿੱਟ ਕਰਨ ਲੱਗੇ। ਸਟੇਅਰਿੰਗ ਸਟੂਰਿੰਗ ਇਹਦਾ ਆਪਣਾ ਖੋਲਿਆ ਹੋਇਆ, ਇਹਦਾ ਵੀ ਕੰਮ ਫਿਟਿੰਗ ਦਾ ਚੱਲਦਾ ਪਿਆ, ਫਿਨਿਸ਼ਿੰਗ ਵਗੈਰਾ ਦਾ, ਪੰਪ ਵਗੈਰਾ ਕਰਤਾ ਫਿੱਟ ਹੋਣੇ ਦੇ, ਟਾਈਮਿੰਗ ਪਲੇਟ ਸੱਤ ਹੈ ਜੀ ਇਹ। ਅਤੇ ਬਾਕੀ ਹੁਣ ਜੈਕ ਵਗੈਰਾ ਦੀ ਫਿਟਿੰਗ ਸਾਰਾ ਕੁਛ ਕਰਾਂਗੇ ਆਪਾਂ, ਅੱਗੇ ਅੱਗੇ ਦਿਖਾਵਾਂਗੇ ਤੁਹਾਨੂੰ, ਬਣੇ ਉਹ ਵੀਡੀਓ ਦੇ ਵਿੱਚ ਅਤੇ ਦੱਸਿਓ ਜੀ ਕੰਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਜਿਹੜੀ ਨਵੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਸਵਰਾਜ 735 FE ਹੈ ਜੀ, ਤਿਆਰ ਹੋ ਗਿਆ ਜੀ। ਅੱਜ ਪਾਵਰ ਸਟੀਅਰਿੰਗ ਕੀਤਾ ਆਪਾਂ, ਤੁਸੀਂ ਚੈੱਕ ਕਰੋ ਵੀਡੀਓ ਦੇ ਵਿੱਚ ਫਿਟਿੰਗ, ਪੰਪ ਲਾਇਆ ਜੀ ਉਸੇ ਟਾਈਮਿੰਗ ਪਲੇਟ ਦੇ ਵਿੱਚ, ਅਤੇ ਸਿਲੰਡਰ ਜਿਹੜਾ ਲਾਇਆ ਜੀ ਡਬਲ ਲਾਇਆ ਆਪਾਂ ਓਰੀਜਨਲ ਇੱਥੇ 'ਤੇ। ਫਿਟਿੰਗ ਚੈੱਕ ਕਰੋ ਅਤੇ ਕਟਾਈ ਚੈੱਕ ਕਰੋ, ਦੇਖੋ ਜੀ ਪੂਰੀ ਫੁੱਲ ਪ੍ਰੋਪਰ ਕਟਾਈ ਹੈ ਜੀ। ਜਿਹੜੀ ਤੁਹਾਨੂੰ ਦੂਸਰੀ ਸਾਈਡ ਤੋਂ ਵੀ ਫਿਟਿੰਗ ਚੈੱਕ ਕਰਾਵਾਂਗੇ, ਪੰਪ ਦੀ ਫਿਟਿੰਗ ਦੇਖੋ, ਪਾਈਪਲਾਈਨ ਦੀ, ਅਤੇ ਜਿਹੜਾ ਸਟੀਅਰਿੰਗ ਦੀ ਫਿਟਿੰਗ ਹੈ ਜੀ, ਸਟੀਅਰਿੰਗ ਵੀਲ ਦੀ ਫਿਟਿੰਗ ਹੈ, ਬਿਲਕੁਲ ਜਮ੍ਹਾਂ ਸਲੋਅ ਦੇ ਵਿੱਚ ਸਮੂਥਲੀ ਕੰਮ ਕਰਦਾ, ਦੇਖ ਸਕਦੇ ਹਾਂ ਤੁਸੀਂ ਟਰੈਕਟਰ ਬਿਲਕੁਲ ਸਲੋਅ ਚੱਲਦਾ, ਕਟਾਈ ਆਰਾਮ ਨਾਲ ਬਿਲਕੁਲ। ਕਿਰਾਇਆ ਕਟਾਈ ਚੈੱਕ ਕਰੋ ਜੀ, ਪੂਰੀ ਫੁੱਲ ਪ੍ਰੋਪਰ ਕਟਾਈ ਹੈ, ਦੂਸਰੀ ਸਾਈਡ ਵੀ ਚੈੱਕ ਕਰੋ, ਉਸੇ ਹਿੱਸੇ 'ਤੇ ਜੀ ਡਬਲ ਸਿਲੰਡਰ ਲਾਇਆ ਆਪਾਂ, ਅਤੇ ਫਿਟਿੰਗ ਦੂਸਰੀ ਸਾਈਡ ਦੀ ਆ, ਪਾਈਪਲਾਈਨ ਵਗੈਰਾ ਦੀ ਫਿਟਿੰਗ ਚੈੱਕ ਕਰ ਸਕਦੇ ਹਾਂ, ਸਟੀਅਰਿੰਗ ਦੀ ਫਿਟਿੰਗ, ਸਟੀਅਰਿੰਗ ਵੀਲ ਦੀ, ਅਤੇ ਬਾਈ ਜੀ ਹੋਰਾਂ ਦਾ ਟਰੈਕਟਰ ਹੈ ਅਤੇ ਗੱਲਬਾਤ ਵੀ ਕਰਾਵਾਂਗੇ, ਕਿਹੜਾ ਪਿੰਡ ਹੈ, ਕਿਵੇਂ ਲੱਗਿਆ ਉਹਨਾਂ ਨੂੰ ਕੰਮ ਕਰਾ ਕੇ। ਬਾਕੀ ਹਰਗੋਬਿੰਦ ਇਲੈਕਟ੍ਰੋਨ ਪਾਵਰ ਸਟੀਅਰਿੰਗ ਰਿਪੇਅਰ ਵਰਕਸ ਜੈਟੋ, ਸਾਡੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਹੈ, ਤੁਸੀਂ ਸਾਨੂੰ ਇੱਥੇ ਫੋਲੋ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ, ਵੀਡੀਓ ਵਿੱਚ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰਕੇ ਲੈ ਸਕਦੇ ਹਾਂ। ਇਹ ਟੈਂਕੀ ਹੈ ਜੀ, ਹਰ ਵਾਰ ਦੀ ਤਰ੍ਹਾਂ ਆਪਣੀ ਹੈਵੀ ਟੈਂਕੀ ਹੁੰਦੀ ਹੈ, ਸ਼ੋਅ ਦੇ ਵਿੱਚ ਹੈ, ਚੈੱਕ ਕਰ ਸਕਦੇ ਹਾਂ ਜੀ ਫੁੱਲ ਪ੍ਰੋਪਰ। ਵੀਡੀਓ ਕਿਵੇਂ ਲੱਗੀ, ਕੰਮ ਕਿਵੇਂ ਲੱਗਿਆ, ਕਮੈਂਟ ਕਰਕੇ ਦੱਸਿਓ ਜ਼ਰੂਰ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਕੋਈ ਵੀ ਟਰੈਕਟਰ ਪਾਵਰ ਕਰਾਉਣਾ, ਕੋਈ ਵੀ ਕੰਮ ਕਰਾਉਣਾ, ਲਿਫਟ ਦਾ, ਹਾਈਡਰੋਲਿਕ ਦਾ ਕੰਮ ਕਰਾਉਣਾ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ, ਅਤੇ ਹੁਣ ਬਾਈ ਜੀ ਨਾਲ ਕਰਾਂਗੇ ਗੱਲਬਾਤ, ਦੱਸਣਗੇ ਉਹ ਕਿਵੇਂ ਲੱਗਿਆ ਉਹਨਾਂ ਨੂੰ ਚਲਾ ਕੇ, ਫਿਟਿੰਗ ਵਗੈਰਾ ਪਸੰਦ ਆਈ ਜਾਂ ਕਿਵੇਂ ਵੀ ਆ, ਕੰਮ ਕਾਰ ਦੀ ਕੋਈ ਵੀ ਜਾਣਕਾਰੀ। ਬਣੇ ਰਹੋ, ਦੇਖੋ ਕਿਹੜੇ ਏਰੀਏ ਤੋਂ ਆਏ ਸੀ ਬਾਈ ਜੀ ਆਪਣੇ ਕੋਲ, ਕਰਾਉਂਦੇ ਹਾਂ ਤੁਹਾਡੀ ਗੱਲਬਾਤ।